ਇਹ ਜਿਹੜੀ ਕਿਤਾਬ ਹੈ ਜੀ ਇਹਦਾ ਨਾਮ ਹੈਗਾ ਗ੍ਰਿਟ ਗਟਸ ਗਲੋਰੀ ਇਹ ਹੁਣ ਅਸੀਂ ਰਿਲੀਜ਼ ਕੀਤੀ ਹੈ ਥਿਸ ਈਅਰ ਥਿਸ ਬੁੱਕ ਟਾਕਸ ਆਫ ਦੀ ਬੈਟਲ ਆਫ ਲੋਂਗੇ ਵਾਲਾ ਲੋਂਗੇ ਵਾਲਾ ਦੇ ਵਿੱਚ ਅੰਗ ਸੀ ਕੀ ਲੜੀ ਹੈ ਰਾਜਸਥਾਨ ਸੈਕਟਰ ਦੇ ਵਿੱਚ ਤੇ ਇਹਦੇ ਉੱਪਰ ਯੂ نو ਫਿਲਮ ਬਾਰਡਰ ਵੀ ਬਣੀ ਸੀ ਕੀ ਇਸ ਜੰਗ ਦੇ ਉੱਪਰ ਬਟ ਥਿਸ ਬੁੱਕ ਇਜ਼ ਵੈਰੀ ਡਿਫਰੈਂਟ ਫਰਮ ਦਾ ਮੂਵੀ ਬਾਰਡਰ ਇਸ ਬੁੱਕ ਦੇ ਵਿੱਚ ਅਸੀਂ ਰੀਅਲ ਲਾਈਫ ਅਕਾਊਂਟ ਦੱਸਿਆ ਹੈ ਆਫ ਕਿ ਬੈਟਲਸ ਕੀ ਹੋਇਆ ਸੀ ਫਾਰ ਇਗਜ਼ਾਮਪਲ ਮੂਵੀ ਦੇ ਵਿੱਚ ਜਿਸ ਤਰ੍ਹਾਂ ਕਈ ਸੋਲਜਰ ਸੀਗੇ ਜਿਸ ਤਰ੍ਹਾਂ ਭਾਨ ਪ੍ਰਤਾਪ ਸਿੰਘ ਜਿਨ੍ਹਾਂ ਦਾ ਰੋਲ ਸੁਨੀਲ ਸ਼ੇਟੀ ਅਦਾ ਕਰਦੇ ਆ ਜਾਂ ਅਕਸ਼ੇ ਖੰਨਾ ਕਰਦੇ ਆ ਉਹ ਮੂਵੀ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਦਿਖਾਏ ਜਾਂਦੇ ਆ ਲੇਕਿਨ ਅਸਲੀ ਲਾਈਫ ਦੇ ਵਿੱਚ ਉਹ ਸ਼ਹੀਦ ਨਹੀਂ ਸੀ ਹੋਏ ਸਸ਼ੀਗਲ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪੇ ਚਰਵਾਨ ਸਾਡੇ ਨਾਲ ਪੰਜਾਬ ਪੁਲਿਸ ਦੇ ਆਈਜੀ ਗੁਰਜੋਤ ਸਿੰਘ ਕਲੇ ਨੇ ਜੇ ਪੰਜਾਬ ਪੁਲਿਸ ਦੇ ਪਹਿਲੇ ਆਫਸਰ ਨੇ ਜੇ ਮਾਉਂਟ ਐਲਬਰੂਸ ਤੇ ਚੜੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਸਜਦ ਫਤਿਹ ਕਰਨ ਦੀ ਗੱਲ ਆਂਦੀ ਇਸ ਤੋਂ ਪਹਿਲਾਂ ਵੀ ਤੁਸੀਂ ਮਾਉਂਟ ਕਿਲੀ ਮੰਜਾਰੋ ਜਾ ਕੇ ਆਏ ਲਾਸਟ ਈਅਰ ਉਸ ਤੋਂ ਪਹਿਲੇ ਸਕਾਈ ਡੀਵਿੰਗ ਵੀ ਕੀਤੀ ਤੇ ਹੁਣ ਤੁਸੀਂ ਕਿਤਾਬ ਲੈ ਕੇ ਆਏ ਹੋ ਉਸ ਤੋਂ ਪਹਿਲੇ ਵੀ ਕਿਤਾਬ ਲੈ ਕੇ ਆਏ ਸੀ ਸੋ ਇੰਨਾ ਸਾਰਾ ਸਮਾਂ ਕਿਵੇਂ ਮਿਲ ਜਾਂਦਾ ਹੈ ਤਿੰਨ ਸਾਰੀ ਐਕਟੀਵਿਟੀਜ਼ ਦੇ ਲਈ ਥੈਂਕ ਯੂ ਜੀ ਥੈਂਕ ਯੂ ਨਿਰੂਪੇ ਜੀ ਐਂਡ ਟੂ ਥੈਂਕ ਯੂ ਟੂ ਦੀ ਦੈਨਿਕ ਸਮਾ ਇਸ ਤਰ੍ਹਾਂ ਮਿਲ ਜਾਂਦਾ ਜੀ ਕਿ ਆਹਟ ਆਈ ਡੋਨਟ ਡੂ ਐਨੀ ਪਾਰਟੀਆਂ ਐਂਡ ਆਲ ਆਮ ਅ ਵੈਰੀ ਫੋਕਸਡ ਮੈਂ ਆਪਣੇ ਫੋਕਸ ਨਾਲ ਕੰਮ ਕਰਦਾ ਡਿਊਟੀ ਤੋਂ ਬਾਅਦ ਘਰ ਜਾਣਾ ਘਰ ਜਾ ਕੇ ਆਪਣੇ ਯੂ ਨੋ ਜਿਹੜੇ ਹੌਬੀਜ਼ ਨੇ ਉਹਨਾਂ ਨੂੰ ਪਰਸੀਵ ਕਰਦਾ ਤੇ ਇਸ ਤਰ੍ਹਾਂ ਟਾਈਮ ਮਿਲ ਜਾਂਦਾ ਸਾਰਿਆਂ ਕੋਲ 24 ਘੰਟੇ ਹੁੰਦੇ ਆ ਯੂ ਨੋ ਇੱਕ ਕਹਾਵਤ ਹੈ ਕਿ ਵਾਟ ਇਜ਼ ਦੀ ਕਾਮਨ ਥਿੰਗ ਬੀਟਵੀਨ ਅ ਸਕਸੈਸਫੁਲ ਮੈਨ ਐਂਡ ਅ ਫੇਲਡ ਮੈਨ ਇੱਕ ਸਕਸੈਸਫੁਲ ਆਦਮੀ ਤੇ ਫੇਲਡ ਬੰਦੇ ਦੇ ਵਿੱਚ ਇੱਕ ਕਾਮਨ ਚੀਜ਼ ਕੀ ਹੁੰਦੀ ਹੈ ਕਾਮਨ ਚੀਜ਼ ਹੀ ਹੁੰਦੀ ਹੈ ਕਿ ਦੋਨੋਂ ਕੋਲ 24 ਘੰਟੇ ਹੁੰਦੇ ਆ ਸਕਸੈਸਫੁਲ ਆਦਮੀ 24 ਘੰਟਿਆਂ ਨੂੰ ਮੈਨੇਜ ਸੋਣਾ ਕਰ ਲੈਂਦਾ ਤੇ ਜਿਹੜਾ ਨਹੀਂ ਸਕਸੈਸਫੁਲ ਹੁੰਦੇ ਉਹ 24 ਘੰਟਿਆਂ ਨੂੰ ਵੇਸਟ ਕਰ ਲੈਂਦੇ ਆ ਸੋ when you you know do it over a long period of time ਤਾਂ automatically you know ਕਿ ਤੁਸੀਂ ਇਹ ਅਚੀਵਮੈਂਟਸ ਕਰ ਲੈਨੇ ਆ ਐਂਡ you know ਪਰਮਾਤਮਾ ਫਿਰ ਤੁਹਾਨੂੰ ਨਿਵਾਜ਼ਦਾ ਹੈ ਤੁਹਾਡੀ ਮਿਹਨਤ ਨੂੰ ਨਿਵਾਜ਼ਦਾ ਸਰ ਇੱਕ ਕਿਤਾਬ ਲੈ ਕੇ ਆਇਓ ਗ੍ਰਿਟ ਗੱਡਸ ਐਂਡ ਗਲੋਰੀ ਜਦ ਇਸ ਦੀ ਗੱਲ ਕਰੀਏ ਤੁਹਾਡੀ ਦੂਜੀ ਕਿਤਾਬ ਹੈਗੀ ਹੈ ਤੇ ਇਸ ਕਿਤਾਬ ਦੇ ਵਿਚਾਰ ਮੈਨੂੰ ਲੱਗਦਾ ਕੁਝ ਅਲੱਗ ਹੀ ਹੋਏਗਾ ਹਾਂ ਜੀ ਜਿਹੜੀ ਫਰਸਟ ਕਿਤਾਬ ਸੀ ਕਿ ਦੈਟ ਵਾਸ ਨਿਊ ਇੰਡੀਆ ਇਨ 2018 ਦੇ ਵਿੱਚ ਆਈ ਸੀ ਕਿ ਇਟ ਵਾਸ ਨਿਊ ਇੰਡੀਆ ਦਾ ਰਿਐਲਿਟੀ ਰੀਲੋਡਡ ਜਿਸ ਮੈਂ ਦੇਸ਼ ਤੇ 40 ਇਸ਼ੂਸ ਬਾਰੇ ਗੱਲ ਕੀਤੀ ਸੀ ਇਹ ਜਿਹੜੀ ਕਿਤਾਬ ਹੈ ਜੀ ਇਹਦਾ ਨਾਮ ਹੈਗਾ ਗ੍ਰਿਟ ਗਟਸ ਗਲੋਰੀ ਇਹ ਹੁਣ ਅਸੀਂ ਰਿਲੀਜ਼ ਕੀਤੀ ਹੈ ਥਿਸ ਈਅਰ ਥਿਸ ਬੁੱਕ ਟਾਕਸ ਆਫ ਦੀ ਬੈਟਲ ਆਫ ਲੋਂਗੇਵਾਲਾ ਇੰਡੀਅਨ ਆਰਮੀ ਦੇ ਉੱਪਰ ਹੈ 1971 ਵਾਰ ਦੇ ਉੱਪਰ ਹੈ ਲਾਂਗੇ ਵਾਲਾ ਦੇ ਵਿੱਚ جنگ ਸੀ ਕਿ ਲੜੀ ਹੈ ਰਾਜਸਥਾਨ ਸੈਕਟਰ ਦੇ ਵਿੱਚ ਤੇ ਇਹਦੇ ਉੱਪਰ ਯੂ نو ਫਿਲਮ ਬਾਰਡਰ ਵੀ ਬਣੀ ਸੀਗੀ ਇਸ ਜੰਗ ਦੇ ਉੱਪਰ ਬਟ ਦਿਸ ਬੁੱਕ ਇਜ਼ ਵੈਰੀ ਡਿਫਰੈਂਟ ਫਰਮ ਦ ਮੂਵੀ ਬਾਰਡਰ ਬਾਰਡਰ ਦੇ ਵਿੱਚ ਬਹੁਤ ਸਾਰੀਆਂ সিনেমੈਟਿਕ ਲਿਬਰਟੀ ਸੀਗੀਆਂ ਐਂਡ ਮੂਵੀ ਬਹੁਤ ਸੋਨੀ ਸੀ ਮੇਰੀ ਫੇਵਰਿਟ ਮੂਵੀ ਸੀ ਹੋ ਐਂਡ ਹਲੇ ਵੀ ਹੈ ਐਂਡ ਬਟ ਇਸ ਬੁੱਕ ਦੇ ਵਿੱਚ ਅਸੀਂ ਰੀਅਲ ਲਾਈਫ ਅਕਾਊਂਟ ਦੱਸਿਆ ਹੈ ਔਫ ਕੀ ਬੈਟਲ ਛੀ ਹੋਇਆ ਸੀ ਫੋਰ ਏਗਜ਼ਾਮਪਲ ਮੂਵੀ ਦੇ ਵਿੱਚ ਜਿਸ ਤਰ੍ਹਾਂ ਕਈ ਸੋਲਜਰ ਸੀਗੇ ਜਿਸ ਤਰ੍ਹਾਂ ਭਾਨ ਪ੍ਰਤਾਪ ਸਿੰਘ ਜਿਨ੍ਹਾਂ ਦਾ ਰੋਲ ਸੁਨੀਲ ਛੇਤੀ ਅਦਾ ਕਰਦੇ ਆ ਯਕਸ਼ੇ ਖੰਨਾ ਕਰਦੇ ਆ ਉਹ ਮੂਵੀ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਦਿਖਾਏ ਜਾਂਦੇ ਆ ਲੇਕਿਨ ਅਸਲੀ ਲਾਈਫ ਦੇ ਵਿੱਚ ਉਹ ਸ਼ਹੀਦ ਨਹੀਂ ਸੀ ਹੋਏ 120 ਜਵਾਨਾਂ ਦੇ ਵਿੱਚੋਂ ਸਿਰਫ ਦੋ ਜਵਾਨ ਸ਼ਹੀਦ ਹੋਏ ਸੀਗੇ ਤੇ ਇਹ ਕਿਤਾਬ ਇਸ ਕਰਕੇ ਬੈਟਲ ਆਫ ਲਾਂਗੇ ਵਾਲਾ ਦੀ ਰੀਅਲ ਲਾਈਫ ਸਟੋਰੀ ਨੂੰ ਉਸ ਨੂੰ ਦਰਸਾਉਂਦੀ ਹੈ ਐਂਡ ਇਸ ਨੂੰ ਮੈਂ ਯੂ نو ਅਸੀਂ ਬਿਗੇਡੇਰ ਕੁਲਦੀਪ ਸਿੰਘ ਚਾਨਪੂਰੀ ਜੀ ਦੇ ਨਾਲ ਮਿਲ ਕੇ ਇਸ ਨੂੰ ਲਿਖਿਆ ਉਹਨਾਂ ਨੇ ਜੋ ਮੈਨੂੰ ਬਿਆਨ ਕੀਤਾ ਫਰਮ ਦੀ ਹਾਰਸਸ ਮਾਉਥ ਦ ਹੀਰੋ ਆਫ ਦੀ ਲਾਂਗੇਵਾਲਾ ਉਹਦਾ ਜ਼ਿਕਰ ਕੀਤਾ ਸੋ ਦਿਸ ਬੁੱਕ ਇਸ ਡੈਡੀਕੇਟਿਡ ਟੂ 올 ਦਾ ਹੀਰੋਸ ਯੂ نو ਆਫ ਇੰਡੀਅਨ ਆਰਮੀ ਤੇ ਆਈ ਆਮ ਆਮ ਆਈ ਰੀਅਲੀ ਪ੍ਰੇ ਕਿ ਯੂ نو ਪੀਪਲ ਸ਼ੁੱਡ ਰੀਡ ਇਟ ਐਂਡ ਕੁਛ ਯੂ نو ਸਿੱਖ ਨੂੰ ਮਿਲੇਗਾ ਫॉर ਦੇਸ਼ ਤੇ ਜਿਹੜੇ ਆਰਮੀ ਹੈ ਸਾਡੇ ਲਈ ਚਾਂਦਪੂਰੀ ਸਾਹਿਬ ਦੇ ਨਾਲ ਜਦ ਮੁਲਾਕਾਤ ਹੋਈ ਕਿਉਂਕਿ ਹੁਣ ਤਾਂ ਉਹ ਇਸ ਦੁਨੀਆ ਦੇ ਵਿੱਚ ਕਰ ਰਹੀ ਨਹੀਂ ਨੇ ਤੇ ਜਦ ਕਿਤਾਬ ਲਿਖ ਰਹੇ ਸੀ ਅ ਅੱਪਾ ਜਦ ਕਹਿੰਦੇ ਨੇ نزدیکی ਹੁੰਦੀ ਹੈ ਗਲਬਾਤ ਹੁੰਦੀ ਹੈ ਤੇ ਕੀ ਕੁਝ ਸਿੱਖਣ ਨੂੰ ਮਿਲਿਆ ਤੇ ਕੀ ਕੁਝ ਤੁਸੀਂ ਇਸ ਕਿਤਾਬ ਦੇ ਵਿਚਾਰ ਪਰ ਹੋਇਆ ਮੈਮ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਿਕੋਜ਼ ਚਾਂਦਪੂਰੀ ਸਾਹਿਬ ਇਜ਼ ਅ ਨੈਸ਼ਨਲ ਵਾਸ ਅ ਨੈਸ਼ਨਲ ਹੀਰੋ ਤੇ ਉਹਨਾਂ ਨਾਲ ਯਨੋ ਕਿ ਇੱਕ ਅੱਛਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਤੇ ਦੇਸ਼ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਬੈਟਲ ਆਫ ਲਾਂਗੇਵਾਲਾ ਦੇ ਵਿੱਚ 120 ਜਵਾਨਾਂ ਦੇ ਨਾਲ ਮਿਲ ਕੇ ਤੇ ਉਹਨਾਂ ਦੇਸ਼ ਦੀ ਤਿਰੰਗੇ ਦੀ ਹਿਫਾਜ਼ਤ ਕੀਤੀ ਤੇ ਉਹ ਹਮੇਸ਼ਾ ਕਹਿੰਦੇ ਸੀਗੇ ਕਿ ਜਿਹੜੀ ਜ਼ਿੰਦਗੀ ਦਾ ਸਫ਼ਰ ਹੈ ਉਹ ਆਪਣੀ ਇੱਜ਼ਤ ਲਈ ਹੋਣਾ ਚਾਹੀਦਾ ਹੈ ਇੱਜ਼ਤ ਆਪਣੀ ਆਪਣੇ ਦੇਸ਼ ਕੀ ਆਪਣੀ ਪਲਟਨ ਕੀ ਸੋ ਉਹਨਾਂ ਦਾ ਅਗਰ ਇੱਕ ਮੈਸੇਜ ਮੈਂ ਯੂ ਨੋ ਲੋਕਾਂ ਨੂੰ ਨਾਲ ਸ਼ੇਅਰ ਕਰਨਾ ਚਾਹਾਂਗਾ ਉਸ ਬੁੱਕ ਤੇ ਵਿੱਚ ਵੀ ਲਿਖਿਆ ਹੈ ਮੈਂ ਕਿ ਉਹਨਾਂ ਦੀ ਜਰਨੀ ਦੇ ਵਿੱਚੋਂ ਇੱਕੋ ਚੀਜ਼ ਸਾਹਮਣੇ ਆਈ ਹੈ ਕਿ ਹਮੇਸ਼ਾ ਆਪਣੇ ਆਪਣੇ ਸਨਮਾਨ ਦੇ ਲਈ ਆਪਣੀ ਸੈਲਫ ਰਿਸਪੈਕਟ ਦੇ ਲਈ ਫਾਈਟ ਕਰਨਾ ਜ਼ਰੂਰੀ ਹੈ ਯੂ ਨੋ ਤਾ ਇਸ ਲਈ ਯੂ نو ਆਈ ਊਡ ਸੇ ਕਿ ਆਨਰ ਆਨਰ ਆਫ ਵਨਸ ਕੰਟਰੀ ਵਨਸ ਯੂਨਿਟ ਐਂਡ ਵਨਸੈਲਫ ਇਟਸ ਵੈਰੀ ਇੰਪੋਰਟੈਂਟ ਸਰ ਇੱਕ ਸਵਾਲ ਹੈਗਾ ਕਿਉਂਕਿ ਤੁਸੀਂ ਮਾਉਂਟ ਕਿਲੀਮੰਜਾਰੋ ਵੀ ਜਾ ਕੇ ਆਏ ਉਸ ਤੋਂ ਬਾਅਦ ਜੇ ਦੂਜਾ ਆਪਾਂ ਕੀਏ ਯੂਰਪ ਤੇ ਰਸ਼ੀਆ ਦੀ ਸਭ ਤੋਂ ਹਾਈएस्ट ਪੀਕ ਮਾਉਂਟ ਐਲਬਰਸ ਜਦ ਆਪਾਂ ਗੱਲ ਕਰਦੇ ਪੀਕਸ ਦੀ ਬਹੁਤ سارے ਹਰਡਲਸ ਰਹਿੰਦੇ ਨੇ ਕਿਉਂਕਿ ਜਦ ਆਪਾਂ ਹਰਡਲਸ ਦੀ ਗੱਲ ਕਰਦੇ ਆ ਉਹ ਚੁਣੌਤੀਆਂ ਜ਼ਿੰਦਗੀ ਦੇ ਵਿੱਚਕਾਰ ਵੀ ਰਹਿੰਦੀਆਂ ਨੇ ਤੇ ਉਹ ਜਦ ਆਪਾਂ ਕੋਈ ਪਹਾੜੀ ਜਾਂ ਕੋਈ ਛੋਟੀ ਫਤਿਹ ਕਰਦੇ ਹਾਂ ਉਸ ਦੇ ਵਿੱਚਕਾਰ ਵੀ ਅਜਿਹੇ ਹਰਡਲਸ ਦੇਖਣ ਨੂੰ ਮਿਲਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਇਹ ਗੱਲ ਕਹੂੰਗਾ ਕਿ ਕੱਲਾ ਪਹਾੜਾਂ ਦੀ ਚੋਟੀਆਂ ਫਤਿਹ ਕਰਨ ਦੇ ਵਿੱਚ ਹਡਲਸ ਨਹੀਂ ਆਉਂਦੀਆਂ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੀ ਜਰਨੀ ਚ ਹਡਲਸ ਨੇ ਤੇ ਆਬਸਟੈਕਲਸ ਨੇ ਤੇ ਕੁਛ ਨਾ ਕੁਛ ਡਿਫਿਕਲਟੀਜ਼ ਨੇ ਦ ਜਰਨੀ ਆਫ ਏਵਰੀ ਮੈਨ অর ਵੂਮਨ ਔਨ ਥਿਸ ਪਲੈਨਟ ਇਜ਼ ਫੁੱਲ ਆਫ ਹਡਲਸ ਇਨ ਲਾਈਫ ਤੁਸੀਂ ਉਸ ਨੂੰ ਕਿਸ ਤਰ੍ਹਾਂ ਕਰਦੇ ਹੋ ਯੂ نو ਮਾਊਂਟਨਸ ਆਫ ਪ੍ਰੋਬਲਮਸ ਨੂੰ ਕਿਦਾਂ ਤੁਸੀਂ ਓਵਰਕਮ ਕਰਦੇ ਹੋ ਤੁਹਾਡੇ ਨਾਲ ਇੱਕ ਗੱਲ ਬੜੀ ਅੱਛੀ ਸ਼ੇਅਰ ਕਰੂੰਗਾ ਮੈਂ ਕਿ ਜ਼ਿੰਦਗੀ ਦੇ ਵਿੱਚ ਮਾਊਂਟਨਸ ਬਹੁਤ ਕੁਝ ਸਿਖਾਉਂਦੀਆਂ ਨੇ ਮੈਂ ਮਾਊਂਟਨਸ ਇਸ ਕਰਕੇ ਨਹੀਂ ਕਲਾਈਮ ਕਰਦਾ ਕਿ ਲੋਕੀ ਇਸ ਨੂੰ ਅਪਲੋਡ ਕਰਨ ਪ੍ਰਸ਼ੰਸਾ ਕਰਨ ਟਰੋਫੀਜ਼ ਦੇਣ ਤਾਲੀਆਂ ਮਾਰਨ ਬੇਸ਼ਕਰਕੇ ਕਲਾਈਮ ਕਰਦਾ ਕਿ ਬਿਕੋਜ਼ ਕਲਾਈਮਿੰਗ ਮਾਊਂਟਨਸ ਇਜ਼ ਲਾਈਕ ਅ ਮੈਡੀਟੇਸ਼ਨ ਫਾਰ ਮੀ ਮੈਨੂੰ ਪ੍ਰਮਾਤਮਾ ਦੇ ਨਾਲ ਇੱਕ ਹੋਣ ਦਾ ਮੈਨੂੰ ਇੱਕ ਅਵਸਰ ਮਿਲਦਾ ਹੈ ਉਸ ਕੁਦਰਤ ਦੇ ਨਾਲ ਇੱਕ ਹੋਣ ਦਾ ਅਵਸਰ ਮਿਲਦਾ ਹੈ ਸੋ ਇਸ ਕਰਕੇ ਮੈਂ ਮਾਊਂਟਨਸ ਕਲਾਈਮ ਕਰਦਾ ਹਾਂ ਔਰ ਜਦੋਂ ਅਸੀਂ ਕੋਈ ਫਾਟ ਚੜਦੇ ਆ ਨਾ ਇੱਕ ਬੜੀ ਇੱਕ ਬੜੀ ਫਿਲਾਸਫੀਕਲ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਜਦੋਂ ਅਸੀਂ ਕੋਈ ਵੀ ਮਾਊਂਟੇਨੀਅਰ ਦੁਨੀਆ ਦੇ ਵਿੱਚ ਕੋਈ ਪਹਾੜ ਚੜਦਾ ਹੈ ਛੋਟਾ ਪਹਾੜ ਜਾਂ ਉਹ ਹਮੇਸ਼ਾ ਚੁੱਕ ਕੇ ਚੜਦੇ ਆ ਅਸੀਂ ਵੈਨ ਵੀ ਕਲਾਈਮਬ ਅ ਮਾਊਂਟਨ ਇਟ ਇਜ਼ ਯੂ نو ਅਸੀਂ ਚੁੱਕ ਕੇ ਉਸ ਨੂੰ ਕਲਾਈਮ ਕਰਦੇ ਆ ਜ਼ਿੰਦਗੀ ਦੇ ਸਫਰ ਨੂੰ ਵੀ ਅਗਰ ਤੁਸੀਂ ਜ਼ਿੰਦਗੀ ਚ ਕੁਝ ਹਾਸਲ ਕਰਨਾ ਤਾਂ ਹਿਊਮਿਲਿਟੀ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਆਕੜ ਕੇ ਨਹੀਂ ਕੋਈ ਚੀਜ਼ ਨੂੰ ਜ਼ਿੰਦਗੀ ਚ ਨੂੰ ਹਾਸਲ ਕਰ ਸਕਦੇ ਸੋ ਮਾਊਂਟੇਨਸ ਟੀਚ ਯੂ ਅ ਲਾਈਫ ਟਾਈਮ ਲੈਸਨ ਥੈਟ ਯੂ ਕਲਾਈਮ ਦਾ ਮਾਊਂਟੇਨਸ ਵਿਦ ਹਿਊਮਿਲਿਟੀ ਸੋ ਇਹ ਚੀਜ਼ ਹੈ ਅਸਲਿਕ ਸਵਾਲ ਹੈਗਾ ਕਿਉਂਕਿ ਤੁਸੀਂ ਪੰਜਾਬ ਪੁਲਿਸ ਦੇ ਅਫਸਰ ਹੋ ਤੇ ਆਪਾਂ ਅਗਰ ਨੌਜਵਾਨ ਪੀੜੀ ਦੀ ਗੱਲ ਕਰੀਏ ਯੂਥ ਆਈਕਨ ਜਿਹਨੇ ਉਹ ਬਦਲ ਰਹੇ ਨੇ ਪਹਿਲੇ ਲੋਕਾਂ ਦਾ ਜਾਂ ਫਿਰ ਨੌਜਵਾਨ ਪੀੜੀ ਦਾ ਯੂਥ ਆਈਕਨ ਕੋਈ ਹੋਰ ਹੁੰਦਾ ਸੀ ਅੱਜ ਜੇ ਹੈ ਸ਼ਾਇਦ ਅਟਰੈਕਸ਼ਨ ਪਾਵਰ ਫੇਮ ਪੈਸੇ ਦੇ ਪਿੱਛੇ ਹੈਗੀ ਹੈ ਤੁਹਾਨੂੰ ਕੀ ਲੱਗਦਾ ਜੇ ਯੂਥ ਆਈਕਨ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿਉਂਕਿ ਆਪਾਂ ਨੌਜਵਾਨ ਪੀੜੀ ਦੀ ਜਦ ਗੱਲ ਕਰਦੇ ਨੇ ਤਾਂ ਕਿਤੇ ਨੇ ਸਾਡਾ ਭਵਿੱਖ ਨੇ ਉਹ ਦੇਖੋ ਏਵਰੀ ਪਰਸਨ ਹੈਜ਼ ਅ ਰਾਈਟ ਟੂ ਚੂਸ देयर ਯੂਥ ਆਈਕons ਯਾ ਨਾ ਮੈਂ ਕਹਾਂਗਾ ਕਿ ਲਾਈਫ ਕਦੇ ਵੀ ਬਲੈਕ ਐਂਡ ਵਾਈਟਸ ਨਹੀਂ ਹੁੰਦੀ ਉਹਦੇ ਵਿੱਚ देयर आर ਆਲ ਆਲ ਸ਼ੇਡਸ ਸੋ ਅੱਜ ਦੇ ਡੇਟਸ ਵਿੱਚ ਯੂਥ ਆਈਕॉन्स ਬਹੁਤ ਵੱਡੇ ਵੱਡੇ ਨੇ ਜਸਟ ਟੇਕ ધ ਰੀਸੈਂਟ ਐਗਜ਼ਾਮਪਲ ਆਫ ਨੀਰਜ ਚੋਪੜਾ ਜੀ ਯੂ نو ਉਹਨਾਂ ਨੇ ਕੰਟਰੀ ਨੂੰ ਕਿੰਨਾ ਪ੍ਰਾਊਡ ਫੀਲ ਕਰਾਇਆ ਹੀ ਹਜ਼ ਜਸਟ ਵਨ ધ ਵਰਲਡ ਚੈਂਪੀਅਨਸ਼ਿਪ ਲੀਗਸ ਫਰ ઓਲੰਪਿਕਸ ਵਿਚ 골ਡ ਮੈਡਲ ਲੀਤਾ ਆਈ ਥਿੰਕ ਏਵਰੀ ਇੰਡੀਅਨ ਇਜ਼ ਪ੍ਰਾਊਡ ਆਫ ਹਿਮ ਐਂਡ ਯੂ نو देयर ਪੇਰੈਂਟਸ देयर ਫੈਮਿਲੀ ਸੋ ਬਹੁਤ ساری ਚੀਜ਼ਾਂ ਨੇ ਯੂ نو ਕਿ ਐਂਡ ਅੱਜ ਵੀ ਜਦੋਂ ਮੈਂ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਜਾਣਾ ਜਾਂ ਕਿਤੇ ਏਰੀਆ ਜਾਣਾ ਅੱਜ ਵੀ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਉਸੇ ਪ੍ਰਕਾਰ ਮੁਹੱਬਤ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਸੀਗਾ ਸੋ ਯੈਸ ਪ੍ਰੋਬਲਮਸ ਆਰ ਮਨੀ देयर ਯੂ نو ਸੋਸ਼ਲ ਮੀਡੀਆ ਬਹੁਤ ਐਕਟੀਵੇਟ ਹੋ ਗਿਆ ਹੈ ਆਫ ਕੌਰਸ ਜਿਹੜਾ ਯੂਥ ਹੈਗਾ ਉਹ ਕਿਤੇ ਨਾ ਕਿਤੇ ਯੂ نو ਤੁਹਾਡੀ ਗੱਲ ਗਲਤ ਨਹੀਂ ਹੈ ਆਈ ਅਗਰੀ ਵਿਦ ਯੂ ਕਿਉਂ ਕਿ ਕਿਤੇ ਨਾ ਕਿਤੇ ਮਨੀ ਵਾਲ ਵਾਸ ਅਟਰੈਕਟਡ ਨੇ ਮਤਲਬ ਕਿ ਯੂ نو ਪੋਪੁਲਾਰਿਟੀ ਵਾਲ ਵਾਸ ਅਟਰੈਕਟਡ ਨੇ ਬਟ ਐਟ ਦ ਸੇਮ ਟਾਈਮ ਯੂ نو ਕਿ देयर ਕੋਈ ਡਰਥ ਨਹੀਂ ਹੈ ਕੋਈ ਚੰਗੇ ਯੂਥ ਆਈਕons ਦੀ ਵੀ देयर आर ਮਨੀ ਗੁੱਡ ਯੂਥ ਆਈਕ 18 ਸਾਲ ਦੇ ਲੜਕਾ ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਸਨਮਾਨਿਤ ਕੀਤਾ ਉਹ ਚੈਸ ਦੀ ਦੁਨੀਆ ਦੇ ਵਿੱਚ ਵਰਲਡ ਨੰਬਰ 1 ਨਾਲ ਚੈਸ ਖੇល ਕੇ ਆਏ ਨੇ ਜਸਟ ਕੱਲ ਹੀ ਉਹ 에어ਪੋਰਟ ਤੇ ਲੈਂਡ ਹੋਏ ਨੇ ਯੂ ਕਿੰਨੀ ਦੁਨੀਆ ਨੇ ਉਹਨਾਂ ਦਾ ਸਵਾਗਤ ਕੀਤਾ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਦੇਖੋ ਲਾਈਫ ਦੇ ਵਿੱਚ देयर आर ਆਲਵੇਸ ਟੂ ਰੋਡਸ ਗੁੱਡ ਰੋਡ ਐਂਡ ਅ ਬੈਡ ਰੋਡ ਇਟ ਡਿਪੈਂਡਸ ਔਨ ਯੂ ਕਿ ਤੁਸੀਂ ਉਹ ਕਿਹੜੀ ਰੋਡ ਤੇ ਤੁਸੀਂ ਆਪਣੀ ਜਰਨੀ ਨੂੰ ਲੈ ਕੇ ਜਾਣਾ ਸੋ ਯੈਸ ਯੂ نو ਐਂਡ ਆਈ ਊਡ ਆਲਵੇਸ ਯੂ نو ਸੇ ਕਿ ਜਿਹੜੇ ਯੂਥ ਕਈ ਸਟ੍ਰੇ ਵੀ ਨੇ ਹੁਣ ਅਸੀਂ ਮਾਊਂਟੇਨਿੰਗ ਕੀਤੀ ਹੈ ਵਨ ਆਫ ਦੀ ਮੇਨ ਮਕਸਦਸ ਯੂ نو ਦਾ ਮੇਨ ਏਮ ਆਫ ਜਿਹੜਾ ਤਿਰੰਗਾ ਲਹਿਰਾਉਣ ਦਾ ਸੀਗਾ ਔਨ ਮਾਉਂਟ ਐਲ ਬਰੂਸ ਜਾਂ ਅਸੀਂ ਉੱਥੇ ਨਿਸ਼ਾਨ ਸਾਹਿਬ ਨੂੰ ਵੀ ਅਸੀਂ ਉੱਥੇ ਲਾਇਆ ਐਲ ਬਰੂਸ ਤੇ ਕਿ ਇਹਦੇ ਨਾਲ ਯੂਥ ਇਨਸਪਾਇਰ ਹੋਏ ਲੋਕ ਇਨਸਪਾਇਰ ਹੋਣ ਠੀਕ ਹੈ ਨਾ ਕਿ ਉਹ ਦੇਖਣ ਕਿ ਯਾਰ ਇਹ ਚੀਜ਼ ਵੀ ਹੋ ਸਕਦੀ ਹੈ ਲੈਟਸ ਗਿਵ ਮਾਉਂਟੇਨਰਿੰਗ ਅ ਪੁਸ਼ ਯੂ نو ਇਟ ਇਜ਼ ਵੈਰੀ ਡਿਫਰੈਂਟ ਫਰਮ ਹਾਈਕਿੰਗ ਐਂਡ ਟ੍ਰੈਕਿੰਗ ਇਹਨੂੰ ਪੁਸ਼ ਦਿੱਤਾ ਜਾਏ ਸੋ ਮਕਸਦ ਹਮੇਸ਼ਾ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਹੁੰਦਾ ਉਹਨਾਂ ਨੂੰ ਇਨਸਪਾਇਰ ਕਰਨ ਦਾ ਹੁੰਦਾ ਸੋ ਆਈ ਥਿੰਕ ਦੇਰ ਆਰ ਮੈਨੀ ਕਾਈਂਡ ਆਫ ਯੂਥ ਹੈਕਨਸ ਐਂਡ ਇੰਡੀਆ ਇਜ਼ ਅ ਵੈਰੀ ਬਿਗ ਟੈਲੈਂਟ ਪੂਲ 140 ਕਰੋੜ ਦੇ ਵਿੱਚੋਂ ਬਹੁਤ ਲੋਕ ਨੇ ਜਿਹੜੇ ਕਿ ਲੋਕਾਂ ਨੂੰ ਇਨਸਪਾਇਰ ਕਰ ਰਹੇ ਨੇ ਮੋਟੀਵੇਟ ਕਰ ਰਹੇ ਨੇ ਕੋਈ ਕਲਾ ਦੇ ਖੇਤਰ ਚ ਕਰ ਰਿਹਾ ਹੈ ਹੁਣ ਮਸਤਾਨੇ ਫਿਲਮ ਦੇ ਵਿੱਚ ਯੂ نو ਕਿ ਕਲਾਕਾਰਾਂ ਦੇ ਕਰਕੇ ਕਿੰਨੀ ਯੂ نو ਉਹਨਾਂ ਦੀਆਂ ਵੈਲ ਵਿਸ਼ੀਜ਼ ਹੋਈਆਂ ਨੇ ਚੰਗੇ ਗਾਣੇ ਵੀ ਬੰਦਦੇ ਨੇ ਗੰ ਬੈਡ ਸੰਗਸ ਵੀ ਹੁੰਦੇ ਨੇ ਬਟ ਇਟ ਡਿਪੈਂਡਸ ਓਨ ਯੂ ਤੁਸੀਂ ਦੇਖਣਾ ਕੀ ਹੈ ਸੋਸ਼ਲ ਮੀਡੀਆ ਇਜ਼ ਲਾਈਕ ਅ ਪੂਲ ਤੁਸੀਂ ਉਸ ਪੂਲ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਤੁਸੀਂ ਚੰਗੀਆਂ ਚੀਜ਼ਾਂ ਕੱਢਣੀਆਂ ਕਿ ਤੁਸੀਂ ਬੈਡ ਫਿਸ਼ਸ ਕੱਢਣੀਆਂ ਤੁਹਾਡੇ ਤੇ ਡਿਪੈਂਡ ਕਰਦਾ ਐ ਸਵਾਲ ਹੈਗਾ ਤੁਹਾਡਾ ਯੂਥ ਆਈਕਨ ਕੌਣ ਕੌਣ ਹੈ ਮੇਰੀ ਯੂਥ ਆਈਕਨ ਬਹੁਤ ਸਾਰੇ ਨੇ ਜੀ ਯੂ نو ਆਈ ਗੈਟ ਇਨਸਪਾਇਰਡ ਮੈਂ ਕਦੇ ਕਿਸੇ ਨੂੰ ਇਮਿਟੇਟ ਨਹੀਂ ਕਰਦਾ ਬਿਕੋਜ਼ एवरीवन ਇਜ਼ ਇਨਸਪਾਇਰਿੰਗ एवरीवन ਇਜ਼ ਮੋਟੀਵੇਸ਼ਨਲ you know ki i get inspired from everyone chahe ho, you know he is a he is a he is a great uh, you know sports person he is a great you know artist he is a great journalist you know chahe duniya de vich koi you know jada vi apne kaam nu dil nal karda he is a great restaurantier koi duniya ch koi acha kaam kar reha hai i get inspired so uh, you know my my list of inspirational people is probably very long ਐਂਡ ਇਟ ਇਜ਼ ਆਲਸੋ ਵਨ ਆਫ ਦਾ ਰੀਜਨਸ ਕਿ ਮੈਂ ਇਨਸਪਾਇਰ ਬਹੁਤ ਸਾਰੇ ਲੋਕਾਂ ਤੋਂ ਹੋਣਾ ਮੈਂ ਹਰ ਹਰ ਇਨਸਾਨ ਦੇ ਵਿੱਚੋਂ ਉਹਦੀ ਪੋਜ਼ਿਟਿਵ ਚੀਜ਼ ਦੇਖਣ ਦੀ ਕੋਸ਼ਿਸ਼ ਕਰਦਾ ਕਿ ਯੂ ਨੋ ਏਵਰੀ ਪਰਸਨ ਹੈਜ਼ ਅ ਪੋਜ਼ਿਟਿਵ ਐਂਗਲ ਟੂ ਇਟ ਐਂਡ ਆਈ ਟਰਾਈ ਕਿ ਮੈਂ ਉਹਦੇ ਚੋਂ ਪੋਜ਼ਿਟਿਵ ਐਂਗਲ ਲੈ ਕੇ ਯੂ ਨੋ ਕੁਝ ਸਿੱਖ ਲਾਂ ਸੋ ਦੈਟ ਇਜ਼ ਵਾਟ ਆਈ ਟਰਾਈ ਇੱਕ ਸਵਾਲ ਹੈਗਾ ਲਾਸਟ ਸਵਾਲ ਹੈਗਾ ਮਾਉਂਟ ਐਲਬਰੂਸ ਜਾਂ ਫਿਰ ਮਾਉਂਟ ਕਿਲੀਮਨਜਾਰੋ ਦੋਨੋਂ ਵਿੱਚੋਂ ਸਭ ਤੋਂ ਟਫ ਕਿਹੜਾ ਲੱਗਿਆ ਮਾਉਂਟ ਐਲਬਰੂਸ ਫੋਰ ਸ਼ੋਰ ਬਿਕੋਜ਼ ਮਾਉਂਟ ਐਲਬਰੂਸ ਮਾਉਂਟ ਕਿਲੀਮਨਜਾਰੋ ਵੀ ਬਹੁਤ ਟਫ ਸੀਗੀ ਐਂਡ ਮਾਊਂਟ ਐਲਬਰੂਸ ਇਸ ਕਰਕੇ ਟਫ ਹੈ ਕਿਉਂਕਿ ਜਿਹੜੀ ਚੀਜ਼ ਤੁਸੀਂ ਰੀਸੈਂਟਲੀ ਕਰਦੇ ਹੋ ਟਫੀ ਲੱਗਦੀ ਹੁੰਦੀ ਹੈ ਤੇ ਬਟ ਮਾਊਂਟ ਐਲਬਰੂਸ ਦੇ ਵਿੱਚ স্নੋ ਸਟਾਰਮਸ ਥੰਡਰ ਸਟਾਰਮਸ ਲਾਈਟਨਿੰਗ ਉਥੇ 365 ਡੇਸ ਆਈਅਰ ਆਈਸ ਰਹਿੰਦੀ ਹੈ ਆਈਸ ਐਂਡ স্নੋ ਰਹਿੰਦੀ ਹੈ ਸੋ ਤੁਹਾਨੂੰ ਆਪਣੀ ਜਿਹੜੀ ਜਰਨੀ ਹੈ ਉਹਦੇ ਚੋ ਕਵਰ ਕਰਨੀ ਪੈਂਦੀ ਹੈ ਐਂਡ ਆਫਕੋਰਸ ਮਾਊਂਟ ਐਲਬਰੂਸ ਦੇ ਚੈਲੰਜਸ ਬਹੁਤ ਡਿਫਰੈਂਟ ਸੀ ਕਿ ਅਵਰ ਟੀਮ ਫੇਸਡ ਥੰਡਰ ਸਟਾਰਮਸ স্নੋ ਸਟਾਰਮਸ ਐਂਡ ਮੈਂ ਕਹਿਣਾ ਚਾਹੁੰਦਾ ਕਿ ਮਿਹਨਤ ਆਪਣੀ ਜਗ੍ਹਾ ਹੈ ਲੇਕਿਨ ਕਿਤਨਾ ਕਿਤੇ ਉਸ ਪ੍ਰਮਾਤਮਾ ਦੀਆਂ ਵੈਲ ਵਿਸ਼ੇਸ ਪ੍ਰਮਾਤਮਾ ਦੀਆਂ ਬਲੇਸਿੰਗਸ ਬਹੁਤ ਇੰਪੋਰਟੈਂਟ ਨੇ ਇਹ ਅਚੀਵਮੈਂਟਸ ਕਰਨ ਦੇ ਲਈ ਠੀਕ ਹੈ ਤੇ ਪ੍ਰਮਾਤਮਾ ਨੂੰ ਅਸੀਂ ਅਰਦਾਸ ਕੀਤੀ ਐਂਡ ਪ੍ਰਮਾਤਮਾ ਨੇ ਸਾਡੀ ਅਰਦਾਸ ਸੁਣੀ ਔਰ ਅਸੀਂ ਮਾਉਂਟ ਐਲਬਰੂਸ ਕਲਾਈਮ ਕਰਨ ਤੋਂ ਬਾਅਦ ਅਸੀਂ ਮਾਸਕੋ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਗੁਰੂ ਘਰ ਜਾ ਕੇ ਉੱਥੇ ਮਾਸਕੋ ਦੇ ਵਿੱਚ ਅਸੀਂ ਰਮਾਲਾ ਸਾਹਿਬ ਚੜਾ ਕੇ ਪ੍ਰਮਾਤਮਾ ਦਾ ਦਿਲੋਂ ਥੈਂਕਸ ਕੀਤਾ ਕਿ ਪ੍ਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਸਾਨੂੰ ਹਿੰਮਤ ਬਖਸ਼ੀ ਸਾਨੂੰ ਸਮਤ ਦਿੱਤੀ ਕਿ ਅਸੀਂ ਸਹੀ ਤਰੀਕੇ ਨਾਲ ਕਰਕੇ ਤਿਰੰਗਾ ਲਹਿਰਾ ਕੇ ਅਸੀਂ ਘਰ ਵਾਪਸ ਆ ਜਾਈਏ ਤੁਸੀਂ ਤੁਸੀਂ ਮਲਟੀ ਟੈਲੈਂਟਡ ਹੋ ਲੇਕਿਨ ਅ ਕਿਤਾਬ ਤਾਂ ਤੁਹਾਡੀ ਦੂਜੀ ਆ ਗਈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਗਾਣਾ ਕਿਉਂਕਿ ਤੁਸੀਂ ਗੀਤ ਵੀ ਗਾਉਂਦੇ ਹੋ ਲਿਖਦੇ ਵੀ ਹੋ ਤਾਂ ਹੁਣ ਤੁਹਾਡਾ ਨੈਕਸਟ ਜਿਹ ਹੈ ਉਹ ਕਿੱਥੇ ਆ ਸਕਦਾ ਦੇਖੋ ਜਿਹੜੇ ਗੀਤ ਸੰਗੀਤ ਹੈ ਨਾ ਮੈਂ ਹਮੇਸ਼ਾ ਕਹਿੰਦਾ ਕਿ ਇਹ ਬੜੀ ਪੋਜ਼ਿਟਿਵ ਚੀਜ਼ ਹੈ ਇਹ ਇਹ ਬੇਸਿਕਲੀ ਗੀਤ ਸੰਗੀਤ ਆਪਣੇ ਆਪ ਚ ਬੈਠ ਨਹੀਂ ਹੈ ਤੁਸੀਂ ਮੰਦਿਰ ਜਾਂਦੇ ਆ ਉੱਥੇ ਵੀ ਯੂ نو ਤੁਹਾਨੂੰ 뮤ਜ਼ਿਕਸ ਹੁੰਦਾ ਹੈ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਸ਼ਬਦ ਕੀਰਤਨ ਹੁੰਦਾ ਹੈ ਤੁਸੀਂ ਚਰਚ ਜਾਂਦੇ ਆ ਉੱਥੇ ਕਰਲ ਹੁੰਦੀਆਂ ਨੇ ਠੀਕ ਹੈ ਮਸਜਿਦ ਜਾਂਦੀ ਐਜ਼ਾਨ ਹੁੰਦੀ ਹੈ ਬਾਬੇ ਨਾਨਕ ਦੇ ਨਾਲ ਯੂ نو ਉਹਨਾਂ ਦੇ ਰਾਗੀ ਨਾਲ ਲੈ ਕੇ ਤੁਰਦੇ ਸੀਗੇ ਯੂ نو ਸੰਗੀਤਕਾਰਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਹੱਥ ਤੁਸੀਂ ਜਦੋਂ ਵੀ ਦੇਖੋਗੇ ਤੁਹਾਨੂੰ ਯੂ نو ਫਲੂਟ ਨਜ਼ਰ ਆਏਗੀ ਹੈ ਨਾ ਸੋ ਆਈ ਊਡ ਆਲਵੇਸ ਸੇ ਕਿ ਸੰਗੀਤ ਆਪਣੇ ਆਪ ਚ ਬੈਠ ਨਹੀਂ ਹੈ ਇੱਕ ਬਹੁਤ ਵੱਡੀ ਕਲਾ ਹੈ ਯੂ نو ਮਾਂ ਸਰਸਵਤੀ ਦੀ ਦੇਣਾ ਸੋ ਮੈਂ ਜਿੰਨੇ ਵੀ ਹੁਣ ਤੱਕ ਗੀਤ ਕੀਤੇ ਆ ਯੂ نو ਮੈਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਦਿਲ ਸੇ ਸਲਾਮ ਹੋਏ ਮੈਂ ਆਰਮੀ ਤੇ ਪੁਲਵਾਮਾ ਵਿਕਟਿਮਸ ਦੀ ਪੁਲਵਾਮਾ ਸ਼ਹੀਦਾਂ ਦੀ ਗੱਲ ਕੀਤੀ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਹੀਰੋ ਫਾਰਮਰਸ ਕਿਸਾਨਾਂ ਦੀ ਗੱਲ ਕੀਤੀ ਹੈ ਬੰਦਿਆਂ ਦੇ ਵਿੱਚ ਆਪਣੇ 올ਡ ਪੇਰੈਂਟਸ ਨੂੰ ਟੇਕ ਕੇਅਰ ਕਰਨ ਦੀ ਗੱਲ ਕੀਤੀ ਹੈ ਸੋ ਆਈ ਹੈਵ ਆਲਵੇਸ ਟ੍ਰਾਈਡ ਟੂ ਗਿਵ ਅ ਗੁੱਡ ਮੈਸੇਜ ਥਰੂ 뮤직 뮤직 ਇਜ਼ ਅ ਲੈਂਗੁਏਜ ਆਫ ਦ ਸੋਲ ਤੇ ਨੈਕਸਟ ਸੰਗੀਤ ਯੂ نو ਜ਼ਰੂਰ ਕਰਾਂਗੇ ਯੂ نو ਐਂਡ ਅਸੀਂ ਯੂ نو ਹਲੇ ਲਿਖ ਰਹੇ ਹਾਂ ਯੂ نو ਐਂਡ ਰਿਕਾਰਡ ਉਸ ਨੂੰ ਕੰਪਲੀਸ਼ਨ ਉਹਦੀ ਹੋ ਗਈ ਹੈ ਤੇ ਉਸ ਨੂੰ ਹਲੇ ਸ਼ੂਟ ਕਰਾਂਗੇ ਇਨ ਦਾ ਕਮਿੰਗ ਮੰਥਸ ਤੇ ਜ਼ਰੂਰ ਲੈ ਕੇ ਆਵਾਂਗੇ ਬਹੁਤ ਬਹੁਤ ਅਨਵਾਦ ਸਾਡੇ ਨਾਲ ਜੁੜਨ ਲਈ ਤੇ ਸਾਡੇ ਨਾਲ AIG ਗੁਜਰ ਸਿੰਘ ਕਲੇ ਨੇ ਕਿਹਾ ਕਿ ਯੂਥ ਆਈਕਨ ਬਹੁਤ ਜ਼ਿਆਦਾ ਨਹੀਂ ਲੇਕਿਨ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਸ਼ਨ ਕਿਹੜੀ ਚੂਜ਼ ਕਰਦੇ ਹਾਂ ਯਾਨੀ ਕਿਸ ਦੇ ਵੱਲ ਜਾਂਦੇ ਨੇ ਕਿਉਂਕਿ ਜਿਸ ਦੇ ਵੱਲ ਜਾਂਦੇ ਨੇ ਉਹਨਾਂ ਦੀ ਚੀਜ਼ਾਂ ਜene ਵਧੀਆ ਤੇ ਜਾਂ ਫਿਰ ਕਈ ਇਹ ਬੈਡ ਉਹ ਦੋਨੋਂ ਸਾਡੇ ਉੱਤੇ ਪ੍ਰਭਾਵਿਤ ਕਰਦੀਆਂ ਨੇ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਨਿਰੂਪ ਚਲਵਾਨ ਦੇ ਐਨਿਕ ਸਵੇਰਾ ਟੀਵੀ